ਮਰੀਜ਼ਾਂ ਨੂੰ ਐਕਸਪਾਇਰ ਡੇਟ ਵਾਲੀਆਂ ਦਵਾਈਆਂ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ ਕੁਝ ਲੋਕਾਂ ਨੇ ਦਵਾਈ ਲਈ ਸੀਗੀ, ਉਹਨਾਂ ਨੇ ਦਵਾਈ ਜਦੋਂ ਲੈਣ ਤੋਂ ਬਾਅਦ ਗੋਲੀ ਖਾਧੀ ਤੇ ਉਹਨਾਂ ਨੂੰ ਘਬਰਾਹਟ ਹੋਣ ਲੱਗ ਗਈ। ਡਾਕਟਰ ਕੋਲੇ ਗਏ ਵੀ ਅਸੀਂ ਇਸ ਤਰ੍ਹਾਂ ਵੀ ਸਾਨੂੰ ਘਬਰਾਹਟ ਜ਼ਿਆਦਾ ਹੋ ਰਹੀ ਹੈ। ਡਾਕਟਰ ਨੇ ਕਿਹਾ ਵੀ ਤੁਸੀਂ ਕੋਈ ਦਵਾਈ ਤਾਂ ਨਹੀਂ ਖਾਧੀ, ਪੁੱਛਿਆ ਉਹਨਾਂ ਨੇ, ਉਹਨਾਂ ਨੇ ਪਤਾ ਦਿਖਾਤਾ ਉਹਨਾਂ ਨੂੰ ਵੀ ਆਹ ਗੋਲੀਆਂ ਅਸੀਂ ਖਾਧੀਆਂ। ਉਹ ਜਦੋਂ ਅੱਜ ਅਸੀਂ ਪਤਾ ਕੀਤਾ ਉਹਨਾਂ ਤੋਂ, ਹੁਣ ਮੌਕੇ 'ਤੇ ਆਏ, ਜਦੋਂ ਉਹਨਾਂ ਸਾਥੀਆਂ ਨੇ ਸਾਨੂੰ ਦੱਸਤਾ ਵੀ ਆਹ ਗੱਲ ਆ, ਸਾਨੂੰ ਐਕਸਪਾਇਰ ਡੇਟ ਦਵਾਈ ਜਿਹੜੀ ਇਹਨਾਂ ਨੇ ਦਿੱਤੀ ਆ ਉਹਦੇ ਨਾਲ ਸਾਨੂੰ ਪ੍ਰੋਬਲਮ ਆ ਰਹੀ ਆ। ਅੱਜ ਅਸੀਂ ਜਦੋਂ ਗੱਡੀ ਦੇ ਡਾਕਟਰ ਸੀਗੇ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ, ਉਹ ਖੁਦ ਵੀ ਮੰਨੇ ਵੀ ਹਾਂ ਸਾਡੇ ਕੋਲ ਐਕਸਪਾਇਰ ਦਵਾਈ ਜਿਹੜੀ ਉਹ ਪਈ ਆ ਗੱਡੀ ਦੇ ਵਿੱਚ। ਇਹ ਕੁਝ ਦਵਾਈਆਂ ਤੁਹਾਡੇ ਕੋਲ ਐਕਸਪਾਇਰ ਪਾਈਆਂ ਗਈਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਹਾਂਜੀ, ਐਕਸਪਾਇਰ ਹੀ ਸਾਡੇ ਕੋਲ ਸਟੋਕ ਪਿਆ ਸੀ ਗੱਡੀ ਦੇ ਵਿੱਚ ਤੇ ਗਲਤੀ ਦੇ ਨਾਲ ਸਾਡੇ ਕੋਲ ਦੇ ਹੋ ਗਿਆ ਪੇਸ਼ੈਂਟ ਨੂੰ। ਮੋਬਾਈਲ ਮੈਡੀਕਲ ਯੂਨਿਟ ਤੇ ਵੱਡੇ ਆਰੋਪ ਲੱਗ ਰਹੇ ਹਨ ਕਿ ਉਹਨਾਂ ਵੱਲੋਂ ਮਰੀਜ਼ਾਂ ਨੂੰ ਐਕਸਪਾਇਰ ਡੇਟ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਧਰੋਂ ਜਦੋਂ ਮੋਬਾਈਲ ਮੈਡੀਕਲ ਯੂਨਿਟ ਐਂਬੂਲੈਂਸ ਤੇ ਮੌਜੂਦ ਡਾਕਟਰ ਰੇਸ਼ਮ ਨਾਲ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਸਵੀਕਾਰ ਕੀਤਾ ਕਿ ਉਹਨਾਂ ਵੱਲੋਂ ਐਂਬੂਲੈਂਸ ਵਿੱਚ ਪਈਆਂ ਪੁਰਾਣੇ ਸਟਾਕ ਦੀਆਂ ਐਕਸਪਾਇਰ ਦਵਾਈਆਂ ਦੇ ਹੋ ਗਈਆਂ, ਜੋ ਉਹਨਾਂ ਦੀ ਵੱਡੀ ਗਲਤੀ ਹੈ। ਉਧਰੋਂ ਦੂਸਰੇ ਪਾਸੇ ਇਹ ਸਭ ਹਾਲਾਤਾਂ ਤੋਂ ਪਰਦਾ ਉਠਾਉਂਦੇ ਭਾਰਤ ਨੌਜਵਾਨ ਸਭਾ ਦੇ ਆਗੂ ਨੌਨਿਆਲ ਨੇ ਗੰਭੀਰ ਦੋਸ਼ ਲਗਾਏ ਹਨ ਕਿ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਪੈਸੇ ਇਕੱਠੇ ਕਰਨ ਦੀ ਆੜ ਵਿੱਚ ਐਕਸਪਾਇਰ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਰੁੱਧ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅਜਿਹੀਆਂ ਅਣਗਹਿਲੀਆਂ ਦੀ ਖਿਲਾਫਤ ਕਰਦੇ ਹੋਏ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਗੁਰੂਵਾਰ ਸਾਹਿਤ ਗੁਰਮੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਇੱਥੇ ਵੰਡ ਰਹੇ ਆ ਇਹ ਸਾਰਾ ਕੁਛ, ਉਹ ਫਿਰ ਐ ਪੈਸੇ ਕਿਉਂ ਬਣਾ ਰਹੇ ਆ? ਆ ਕਰੋ ਜੀ ਗੱਲ, ਫੋਨ ਹੈਂਡ ਫੋਨ ਤੇ ਰਹਿਣ ਦੀ ਬਾਈ। ਹਾਂਜੀ ਸਰ, ਡਾਕਟਰ ਰਿਸ਼ਭ। ਹਾਂਜੀ, ਤੇ ਅੱਜ ਤੁਹਾਨੂੰ ਪਤਾ ਲੱਗਾ ਵਦੀਪ ਸਿੰਘ ਵਾਲੇ ਪਹੁੰਚੇ ਹੋ ਤੇ ਕੁਛ ਦਵਾਈਆਂ ਤੁਹਾਡੇ ਕੋਲ ਐਕਸਪਾਇਰ ਪਾਈਆਂ ਗਈਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਐਕਸਪਾਇਰ ਹੀ ਸਾਡੇ ਕੋਲ ਸਟੋਕ ਪਿਆ ਸੀ ਗੱਡੀ ਦੇ ਵਿੱਚ ਤੇ ਗਲਤੀ ਦੇ ਨਾਲ ਸਾਡੇ ਕੋਲ ਦੇ ਹੋ ਗਿਆ ਪੇਸ਼ੈਂਟ ਨੂੰ। ਜਿੱਦਾਂ ਪੇਸ਼ੈਂਟ ਨੇ ਸਾਨੂੰ ਦਿਖਾਇਆ ਵੀ ਸੀ ਆਹ ਸੋਲਟ ਲਾ ਕੇ ਤੇ ਆਪਾਂ ਉਹੀ ਸੋਲਟ ਉਹਨਾਂ ਨੂੰ ਦਿੱਤਾ, ਪਰ ਡੇਟ ਦੇ ਉੱਤੇ ਗੌਰ ਨਹੀਂ ਕੀਤਾ ਤੇ ਅੱਗੇ ਤੋਂ ਆਪਾਂ ਇਸ ਚੀਜ਼ ਦਾ ਖਿਆਲ ਰੱਖਾਂਗੇ ਤੇ ਗਲਤੀ ਦੀ ਆਪਾਂ ਮਾਫ਼ੀ ਮੰਗਦੇ। ਠੀਕ ਹੈ ਸਰ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਜੀ? ਨਛੱਤਰ ਸਿੰਘ ਨੇ ਦਵਾਈ ਲਈ ਸੀਗੀ, ਇੱਕ ਹੋਰ ਸੀਗੇ ਸਾਥੀ, ਉਹ ਦਵਾਈ ਉਹਨਾਂ ਨੇ ਬੀਪੀ ਦੀ ਲਈ ਤੇ ਉਹਨਾਂ ਨੇ ਦਵਾਈ ਜਦੋਂ ਲੈਣ ਤੋਂ ਬਾਅਦ ਗੋਲੀ ਖਾਧੀ ਤੇ ਉਹਨਾਂ ਨੂੰ ਘਬਰਾਹਟ ਹੋਣ ਲੱਗ ਗਈ। ਉਹ ਡਾਕਟਰ ਕੋਲੇ ਗਏ ਵੀ ਅਸੀਂ ਇਸ ਤਰ੍ਹਾਂ ਵੀ ਸਾਨੂੰ ਘਬਰਾਹਟ ਜ਼ਿਆਦਾ ਹੋ ਰਹੀ ਹੈ। ਡਾਕਟਰ ਨੇ ਕਿਹਾ ਵੀ ਤੁਸੀਂ ਕੋਈ ਦਵਾਈ ਤਾਂ ਨਹੀਂ ਖਾਧੀ, ਪੁੱਛਿਆ ਉਹਨਾਂ ਨੇ, ਉਹਨਾਂ ਨੇ ਪਤਾ ਦਿਖਾਤਾ ਉਹਨਾਂ ਨੂੰ ਵੀ ਆਹ ਗੋਲੀਆਂ ਅਸੀਂ ਖਾਧੀਆਂ। ਉਹਨਾਂ ਦੇ ਵੀ ਲਿਆ ਕਿੱਥੋਂ ਆ, ਉਹ ਦੱਸਿਆ ਉਹਨਾਂ ਨੇ ਵੀ ਵੈਨ ਇੱਥੇ ਆਉਂਦੀ ਸਾਡੇ ਵੀ ਐਂਬੂਲੈਂਸ ਤੇ ਉਹਦੇ ਤੋਂ ਲਿਆ। ਉਹ ਜਦੋਂ ਅੱਜ ਅਸੀਂ ਪਤਾ ਕੀਤਾ ਉਹਨਾਂ ਤੋਂ, ਹੁਣ ਮੌਕੇ 'ਤੇ ਆਏ, ਜਦੋਂ ਉਹਨਾਂ ਸਾਥੀਆਂ ਨੇ ਸਾਨੂੰ ਦੱਸਤਾ ਵੀ ਆਹ ਗੱਲ ਆ, ਸਾਨੂੰ ਐਕਸਪਾਇਰ ਡੇਟ ਦਵਾਈ ਜਿਹੜੀ ਇਹਨਾਂ ਨੇ ਦਿੱਤੀ ਆ ਉਹਦੇ ਨਾਲ ਸਾਨੂੰ ਪ੍ਰੋਬਲਮ ਆ ਰਹੀ ਆ। ਅੱਜ ਅਸੀਂ ਜਦੋਂ ਗੱਡੀ ਦੇ ਡਾਕਟਰ ਸੀਗੇ ਜਿਹੜੇ ਉਹਨਾਂ ਨਾਲ ਗੱਲਬਾਤ ਕੀਤੀ, ਉਹ ਖੁਦ ਵੀ ਮੰਨੇ ਵੀ ਹਾਂ ਸਾਡੇ ਕੋਲ ਐਕਸਪਾਇਰ ਦਵਾਈ ਜਿਹੜੀ ਉਹ ਪਈ ਆ ਗੱਡੀ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਗਾਂ ਉਹਨੇ ਆਪਦੇ ਕੋਈ ਸੀਨੀਅਰ ਸੀਗੇ ਜਾਂ ਉਹਨਾਂ ਦੇ ਮਾਲਕ ਸੀ ਉਹਨਾਂ ਨਾਲ ਵੀ ਫੋਨ 'ਤੇ ਗੱਲ ਕਰਾਈ, ਉਹਨਾਂ ਨੇ ਵੀ ਇਹ ਗੱਲ ਜਿਹੜੀ ਉਹਨਾਂ ਨੇ ਮੰਨ ਲਈ। ਕੁਛ ਉਹਨਾਂ ਨੇ ਤੋਂ ਦਵਾਈਆਂ ਸੀ ਪਹਿਲਾਂ ਵੀ ਇਹ ਜਿਹੜੀਆਂ ਪ੍ਰੋਵਾਈਡ ਕੀਤੀਆਂ ਸੀਗੀਆਂ, ਉਹ ਦਵਾਈਆਂ ਇਸ ਤਰ੍ਹਾਂ ਸੀਗੀ, ਆਹ ਗੋਲੀਆਂ ਜਿਹੜੀਆਂ 100 ਗੋਲੀ ਆ ਇਹ ਸਿਰਫ 8 ਰੁਪਏ ਦੇ ਵਿੱਚ ਮਿਲਦੀ ਹੈ, ਜਿਹੜੀ ਉਹ 20 ਰੁਪਈਆਂ ਦੇ ਵਿੱਚ 6 ਗੋਲੀਆਂ ਦੇ ਰਹੇ ਲੋਕਾਂ ਨੂੰ। ਆਹ ਵੀ ਜਿਹੜਾ ਪੈਕਟ ਆ ਇਹ ਵੀ 8 ਰੁਪਏ ਦਾ, ਆਹ ਪੈਕਟ ਇਹ 10 ਰੁਪਏ ਦਾ, ਇੱਕ ਪੈਕਟ ਇਹਨਾਂ 'ਚੋਂ ਆਹ 12 ਰੁਪਏ ਦਾ, ਇਹ 100-100 ਗੋਲੀ ਆ ਇੰਨੇ ਪੈਸਿਆਂ ਦੇ ਵਿੱਚ, ਜਿਹੜੀਆਂ ਉਹ 20 ਰੁਪਏ ਦੇ ਵਿੱਚ 6-6 ਗੋਲੀਆਂ ਦੇ ਰਹੇ ਆ। ਅਤੇ ਐਕਸਪਾਇਰ ਡੇਟ ਦਵਾਈਆਂ ਜਿਹੜੀਆਂ ਹੁਣ ਵੀ ਉਹਨਾਂ ਦੀ ਐਂਬੂਲੈਂਸ ਦੇ ਵਿੱਚ ਗੱਡੀ ਦੇ ਵਿੱਚ ਦੇਖੀਆਂ ਗਈਆਂ, ਜਿਹੜੇ ਉਹ ਪੱਤੇ ਉਹਨਾਂ ਨੂੰ ਕੱਢ ਕੇ ਵੀਡੀਓ ਵੀ ਬਣਵਾਤੀ ਉਹਨਾਂ ਦੀ, ਸਾਰਾ ਕੁਝ ਕਰਤਾ, ਉਸ ਤੋਂ ਅੱਗੇ ਹੁਣ ਇੱਥੋਂ ਤਾਂ ਉਹ ਵੈਨ ਲੈ ਗਏ ਭਜਾ ਕੇ, ਹੁਣ ਅੱਗੇ ਹੋਰ ਕਿਸੇ ਪਿੰਡ ਨੂੰ ਜਾ ਕੇ ਉਹ ਮੂਰਖ ਬਣਾਉਣਗੇ। ਲੋਕਾਂ ਦੀ ਸਿਹਤ ਦੇ ਨਾਲ ਜਿਹੜਾ ਉਹ ਖਿਲਵਾੜ ਕੀਤਾ ਜਾ ਰਿਹਾ, ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਸ ਜਿਹੜੇ ਇਸ ਤਰ੍ਹਾਂ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ, ਤਾਂ ਜੋ ਜਿਹੜੇ ਉਹਨਾਂ ਤੋਂ ਅਸੀਂ ਪਤਾ ਕੀਤਾ ਕਿ ਤੁਸੀਂ ਇਹ ਕੰਮ ਜਿਹੜਾ ਕਿਵੇਂ ਚਲਾ ਰਹੇ ਹੋ,
ਉਹਦੇ ਵੀ ਸਾਨੂੰ ਬਾਹਰ ਤੋਂ ਕਿਸੇ ਸੰਸਥਾ ਦਾ ਕੋਈ ਫੰਡ ਵਗੈਰਾ ਆ ਰਿਹਾ ਉਹ ਸਾਨੂੰ ਦਵਾਈਆਂ ਪ੍ਰੋਵਾਈਡ ਕਰਾ ਰਹੇ ਨੇ ਤੇ ਅਸੀਂ ਉਹ ਵੰਡ ਰਹੇ ਲੋਕਾਂ ਦੇ ਵਿੱਚ ਫ੍ਰੀ ਜਦੋਂ ਕਿ ਉਹ ਫ੍ਰੀ ਕਹਿ ਕੇ ਇੱਕ 10 ਰੁਪਏ ਦੀ ਪਰਚੀ ਆ ਜੀ ਤੇ 10 ਰੁਪਏ ਲਿਖਦੇ ਆ ਲੈਂਦੇ 20 ਰੁਪਏ ਉਸੇ ਪਰਚੀ ਦੇ ਪਰ ਪਰਚੀ ਤੇ 10 ਰੁਪਏ ਲਿਖ ਕੇ ਦਿੰਦੇ ਆ ਇਹ ਵੀ ਉਹਨਾਂ ਤੋਂ ਪਤਾ ਕੀਤਾ ਉਹ ਆਂਦੇ ਵੀ ਸਾਡੇ ਤੋਂ ਐਂ ਹੋ ਗਿਆ ਉਹ ਹੋ ਗਿਆ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਤੇ ਅਸੀਂ ਜਿਹੜੇ ਵੀ ਸਾਥੀ ਉਹਨਾਂ ਨੂੰ ਕੋਈ ਫੰਡ ਵਗੈਰਾ ਦੇ ਕੇ ਵੀ ਇਹ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਨੂੰ ਦਵਾਈਆਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਸੀਂ ਇਹ ਬੰਦੇ ਰੱਖੇ ਹੋਏ ਆ ਜਿਹੜੇ ਕੰਮ ਚਲਾ ਰਹੇ ਆ ਕਿਰਪਾ ਕਰਕੇ ਉਹਨਾਂ ਦੀ ਪੜਤਾਲ ਵੀ ਕੀਤੀ ਜਾਵੇ ਉਹ ਲੋਕਾਂ ਤਾਈਂ ਸਹੀ ਜਿਹੜਾ ਉਹ ਦਵਾਈਆਂ ਪਹੁੰਚਾ ਰਹੇ ਆ ਜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਇਸ ਕਰਕੇ ਅੱਜ ਅਸੀਂ ਦੀਪ ਸਿੰਘ ਵਾਲਾ ਨਗਰ ਦੇ ਵਿੱਚ ਉਸ ਵੈਨ ਦੀ